बिस्मिल्लाहिर्रहमानिर्रहीम, अस्सलाम वालेकुम। मैं तमाम बहन भाई कुछ ठीक ठाक अलहमदिल्ला सब ठीक ठाक है। साढ़े गाँव में से बंगाल ने जितने मेरा खुश के बाद वास्ते मुस्कंदर जो कि बीमार है अल्लाह पाक से तालुक से जान दिखा बाद प्रकट कर जो कि बुलाद अल्लाह पाक ने लात अपना जो कि बहन मेरा परेशान है अल्लाह पाक ने परेशान में दूर तक हमारे आई जब लात करने शुरू अल्लाह पाक का नाम लेके ਜਿੱਤੇ ਨਾਲ ਬੱਕਰੀਆਂ ਨਾ ਮੈਂ ਗਾਹ ਵੀ ਪਾਤਾ ਸੁਬਹਾ ਸੁਬਹਾ ਤੋਂ ਬੱਚੇ ਚਲੇ ਗਏ ਸਫਾਰਾ ਪੜ੍ਹਨ ਗਈ ਮੈਂ ਬੱਕਰੀ ਨਾ ਚੋਣ ਲੱਗੀ ਬੱਕਰੀ ਚੋਕਿਆਂ ਅਤੇ ਚਾਹ ਬਣਾਉਣ ਲੱਗੀ ਔਰ ਬੱਚਿਆਂ ਨੂੰ ਨਾ ਹਾਂਜੀ ਅੱਜ ਉਹਨਾਂ ਨੂੰ ਛੁੱਟੀ ਹੈਗੀ ਸਕੂਲੋਂ ਉਹਨਾਂ ਨੇ ਸਕੂਲ ਨਹੀਂ ਜਾਣਾ ਹਫ਼ਤਾ ਇਤਵਾਰ ਛੁੱਟੀ ਹੁੰਦੀ ਮੈਂ ਬੱਕਰੀ ਚੋਕ ਕੇ ਨਾ ਅਤੇ ਨਾਸ਼ਤਾ ਵੈਸੇ ਬਣਾ ਕੇ ਰੱਖ ਦਿੰਦੀ ਹਾਂ ਕਰ ਲੈਣਗੇ ਅਤੇ ਔਰ ਨਾ ਸਾਡੇ ਸਾਇਨ ਦੀਵਾਰ ਦੇ ਅਤੇ ਨਾ ਸੱਪਰ ਲੈਣੀ ਦੀਵਾਰ ਦੇ ਲੈ ਦੇਣੀ ਬਸ ਉਹ ਹੀ ਰਹਿ ਗਈ ਅੱਜ ਆਪਣੀ ਨਾ ਉਹ ਵੀ ਦੀਵਾਰ ਦੇ ਲੈਣਗੇ ਔਰ ਕਮਰਾ ਵੀ ਇਹ ਦੇ ਲੈਣਗੇ ਪਹਿਲਾਂ ਜਦੋਂ ਗੈਸ ਦਿੱਤੀ ਨਾ ਤਾਂ ਅਸੀਂ ਫਿਰ ਆਪਣੀਆਂ ਦੀਵਾਰ ਜਿਹੜੀ ਹੈਗੀ ਨਾ ਇਸ ਤਰ੍ਹਾਂ ਬਣਾ ਲਵਾਂਗੇ ਕਿਉਂਕਿ ਹਜੇ ਸਾਡੇ ਕੋਲ ਨਾ ਬਿਲਕੁਲ ਹੀ ਗੁੰਜਾਇਸ਼ ਨਾ ਨਹੀਂ ਹੈਗੀ ਸੀ ਦੀਵਾਰ ਬਣਾਉਣ ਦੀ ਅੱਲਾਹ ਪਾਕ ਹਿੰਮਤ ਨੂੰ ਗੈਸ ਦੇਵੇਗਾ ਫਿਰ ਅਸੀਂ ਨਾ ਦੀਵਾਰ ਜਿਹੜੀ ਹੈਗੀ ਉਹ ਬਣਾ ਲਵਾਂਗੇ ਤੋੜ ਦਿੱਤਾ ਅਤੇ ਨਾ ਮਾਸ਼ਾਅੱਲਾ ਬੱਕਰੀ ਜਿਹੜੀ ਹੈਗੀ ਨਾ ਉਹ ਮਚੋਰ ਹੀ ਆ ਔਰ ਇਹਦੀ ਨਾ ਸ਼ਾਇਦ ਜਿਹੜੀ ਹੈਗੀ ਨਾ ਉਹ ਬਣਾ ਲਵਾਂਗੇ ਔਰ ਮੋਲ ਲੈ ਕੇ ਨਾ ਗੁੰਜਾਇਸ਼ ਬਿਲਕੁਲ ਨਹੀਂ ਹੈਗੀ ਮਾਸ਼ਾਅੱਲਾ ਬੱਕਰੀ ਜਿਹੜੀ ਹੈਗੀ ਨਾ ਉਹਨੇ ਚੋ ਲਈ ਅਤੇ ਨਾ ਇੰਨਾ ਕੁ ਦੁੱਧ ਹੈਗਾ ਕਿਉਂਕਿ ਨਾ ਸੋਹਣ ਵਾਲੀ ਹੈਗੀ ਤਾਂ ਵਾਸਤੇ ਦੁੱਧ ਜਿਹੜਾ ਹੈਗਾ ਨਾ ਬਿਲਕੁਲ ਹੀ ਉਹਨੇ ਘਟਾਈ ਜਾਂਦੀ ਔਰ ਫਿਰ ਜਿਹੜਾ ਹੈਗਾ ਨਾ ਸਾਨੂੰ ਕਾਹਵਾ ਕਿਉਂਕਿ ਨਾ ਬਣਾਉਣਾ ਪੈਣਾ ਜਿਸ ਟਾਈਮ ਬਿਲਕੁਲ ਹੀ ਇਹਨੇ ਨਹੀਂ ਨਾ ਦੇਣਾ ਫਿਰ ਅਸੀਂ ਕਾਹਵਾ ਬਣਾਵਾਂਗੇ ਉਸ ਟਾਈਮ ਖਾਲੀ ਨਾ 10-12 ਦਿਨ 20 ਦਿਨ ਦੇਵੇਗੀ ਦੁੱਧ ਉਸ ਤੋਂ ਬਾਅਦ ਇਹ ਦੁੱਧ ਜਿਹੜਾ ਹੈਗਾ ਨਾ ਬਿਲਕੁਲ ਸੁਕਾ ਜਾਏਗੀ ਔਰ ਫਿਰ ਜਿਹੜੀ ਅਸੀਂ ਕਾਹਵਾ ਬਣਾਉਂਦੇ ਰਹਾਂਗੇ ਬੱਚਿਆਂ ਵਾਸਤੇ ਨਾਸ਼ਤੇ ਵਿੱਚ ਹੈਗੀ ਨਾ ਬੱਕਰੀ ਚੋਇਸ ਹੁੰਦੀ ਬਿਲਕੁਲ ਬਣ ਗਈ ਔਰ ਨਾ ਬਿਲਕੁਲ ਆਈ ਨਾ ਪਤਲੀ ਕਾਹਵੇ ਦੀ ਤਰ੍ਹਾਂ ਨਾ ਚਾਏ ਬਣੀ ਕਿਉਂਕਿ ਨਾ ਦੁੱਧ ਨਾ ਬਿਲਕੁਲ ਬੱਕਰੀ ਦਾ ਨਾ ਪਿਆ ਨਾ ਇਸ ਤਰ੍ਹਾਂ ਬਣ ਗਈ ਚਾਏ ਹੋ ਗਏ ਆਟਾ ਜਿਹੜਾ ਹੈਗਾ ਨਾ ਉਹੀ ਮੈਂ ਗੋਲੀ ਆ ਚਾਏ ਲਾ ਕੇ ਨਾ ਤਵਾ ਜਿਹੜਾ ਹੈਗਾ ਨਾ ਉਹ ਰੱਖ ਲਈ ਹੈ ਆਟਾ ਹੀ ਨਾ ਗੋਲੀ ਰੱਖ ਲਈ ਹਾਂਜੀ ਅਤੇ ਨਾ ਮੈਂ ਤਵਾ ਜਿਹੜਾ ਹੈਗਾ ਨਾ ਗਰਮ ਹੋ ਗਿਆ ਅਤੇ ਨਾ ਨਾਸ਼ਤਾ ਜਿਹੜਾ ਹੈਗਾ ਨਾ ਬਣਾ ਰਹੀ ਹਾਂ ਬੱਚਿਆਂ ਵਾਸਤੇ ਨਾ ਉਹ ਵੀ ਆਉਣ ਵਾਲੇ ਨੇ ਸਫਾਰਾ ਪੜ੍ਹ ਕੇ ਅਜੇ ਤੀਕਰ ਆਏ ਨਹੀਂ ਆਉਣ ਵਾਲੇ ਹੈਗੇ ਨੇ ਕਿਉਂਕਿ ਜਿਸ ਦਿਨ ਛੁੱਟੀ ਹੋਵੇ ਨਾ ਉਸ ਦਿਨ ਜਿਹੜਾ ਉਸਤਾਦ ਸਾਹਿਬ ਹੈਗਾ ਨਾ ਉਹ ਸਬਕ ਜਿਹੜਾ ਹੈਗਾ ਨਾ ਫਿਰ ਕਾਫੀ ਦੇਰ ਨਾਲ ਪੜ੍ਹਾਉਂਦਾ ਉਹਨਾਂ ਨੂੰ ਜਿਸ ਟਾਈਮ ਉਹਨਾਂ ਸਕੂਲ ਜਾਣੇ ਨੇ ਉਸ ਟਾਈਮ ਫਿਰ ਉਹ ਜਲਦੀ ਛੁੱਟੀ ਕਰ ਦਿੰਦਾ ਅਤੇ ਅੱਜ ਨਾ ਉਹ ਥੋੜ੍ਹਾ ਜਿਹਾ ਲੇਟ ਆਉਣਗੇ ਜਿਹਦੇ ਨਾਲ ਮੈਂ ਨਾਸ਼ਤਾ ਬਣਾਇਆ ਸਮਨੈਣ ਨੇ ਨਾਸ਼ਤਾ ਛੋਟੇ ਨੇ ਕਰ ਲਿਆ ਅਤੇ ਜਿਹੜਾ ਸਨੈਣ ਹੈਗਾ ਨਾ ਉਹ ਰੋਟੀ ਖਾ ਰਿਹਾ ਸਫਾਰਾ ਪਾੜ ਕੇ ਆ ਗਈ ਅਤੇ ਮੈਂ ਨਾਸ਼ਤਾ ਜਿਹੜਾ ਹੈਗਾ ਨਾ ਇਹਨਾਂ ਨੇ ਇੱਕ ਇੱਕ ਰੋਟੀ ਜਿਹੜੀ ਹੈਗੀ ਨਾ ਉਹ ਦਿੱਤੀ ਸੀ ਘੀ ਲਾ ਕੇ ਪਰਾਂਠਾ ਅਤੇ ਨਾ ਬਾਕੀ ਜਿਹੜੀ ਰੋਟੀਆਂ ਹੈਗੀਆਂ ਨਾ ਉਹ ਮੈਂ ਖੁਸ਼ਕ ਬਣਾ ਰਹੀ ਹਾਂ ਜਿਹੜੀਆਂ ਦੁਪਹਿਰ ਨੂੰ ਨਾ ਇਹਨਾਂ ਨੇ ਖਾਣੀਆਂ ਨੇ ਉਹ ਵਾਲੀਆਂ ਇੱਕ ਇੱਕ ਰੋਟੀ ਅਤੇ ਘੀ ਲਾ ਕੇ ਦਿੱਤਾ ਇਹਨਾਂ ਮੈਂ ਨਾਸ਼ਤਾ ਜਿਹੜਾ ਹੈਗਾ ਨਾ ਬੱਚਿਆਂ ਨੂੰ ਕਰਵਾ ਦਿੱਤਾ ਔਰ ਬਰਤਨ ਜਿਹੜੇ ਹੈਗੇ ਨੇ ਉਹ ਵੀ ਧੋ ਲੈਣੇ ਸਫਾਈ ਜਿਹੜੀ ਹੈਗੀ ਨਾ ਉਹ ਖਾ ਲਈ ਮੈਂ ਖਾ ਲਈ
ਔਰ ਮੰਗੀਆਂ ਜਿਹੜੀਆਂ ਹੈਗੀਆਂ ਨਾ ਉਹ ਵੀ ਮੈਂ ਪਾ ਕੇ ਕਮਰੇ ਦੇ ਵਿੱਚ, ਕਿਉਂਕਿ ਰਾਤ ਨੂੰ ਨਾ ਅਸੀਂ ਬਾਹਰ ਪੜ੍ਹ ਲਈਆਂ ਕਿਉਂਕਿ ਬੱਚੇ ਨਾ ਬਾਹਰ ਸੁਣਦੇ ਨੇ, ਕਮਰੇ ਵਿੱਚ ਇਤਨਾ ਗਰਮੀ ਹੈਗੀ ਅਤੇ ਰਾਤ ਨੂੰ ਫਿਰ ਇਹਨਾਂ ਪੱਖਾ ਜਿਹੜਾ ਹੈਗਾ ਉਹ ਨਹੀਂ ਚੱਲ ਸਕਦਾ, ਅਤੇ ਮੈਂ ਝਾੜੂ ਫੇਰ ਲਿਆ ਇੱਥੋਂ ਹੀ ਔਰ ਬਾਹਰ ਦੀ ਸਫਾਈ ਕਰ ਲਈ, ਅਤੇ ਨਾ ਹੁਣ ਜਿਹੜਾ ਹੈਗਾ ਨਾ ਮੈਂ ਜਾ ਰਹੀ ਹਾਂ ਔਰ ਬੱਕਰੀਆਂ ਵਾਸਤੇ ਨਾ ਚਾਰਾ ਲੈਣ, ਕਿਉਂਕਿ ਉਹ ਵੀ ਨਾ ਬੁੱਖੀਆਂ ਹੈਗੀਆਂ ਨੇ, ਅਤੇ ਨਾ ਮੈਂ ਕਿਹਾ ਉਹ ਜਲਦੀ ਨਾਲ ਪਾ ਲਈ ਚਾਰਾ, ਅਤੇ ਬੱਚੇ ਜਿਹੜੇ ਹੈਗੇ ਨਾ ਸਨੈਕ ਸੁਣਨ ਨਾਲ, ਮੈਂ ਕਿਹਾ ਵੀ ਤੁਸੀਂ ਨਾ ਟੈਂਕੀ ਵਿੱਚ ਨਾ ਭਰ ਕੇ ਪਾਣੀ ਵੀ ਪਾ ਲੈਣਾ, ਹਾਂਜੀ, ਅਤੇ ਬੱਚੇ ਜਿਹੜੇ ਹੈਗੇ ਨੇ ਕੁਛ ਟੈਂਕੀ 'ਚ ਭਰ ਕੇ ਪਾਣੀ ਪਾ ਲੈਣਗੇ, ਹਾਂਜੀ, ਅਤੇ ਨਾ ਮੈਂ ਬੱਕਰੀਆਂ ਵਾਸਤੇ ਨਾ ਚਾਰਾ ਕਿਉਂਕਿ ਲੈ ਕੇ ਆ ਗਈ ਹਾਂ, ਅਤੇ ਬੱਕਰੀਆਂ ਵੀ ਨਾ ਕਿਉਂਕਿ ਛਾਂ 'ਤੇ ਬੰਨ ਲੈਂਦੀਆਂ ਸਨ, ਇਸ ਛੱਪਰ ਦਾ ਨਾ ਬਹੁਤ ਜ਼ਿਆਦਾ ਹੀ ਨਾਸ ਰਹਿ ਗਿਆ, ਕਿਉਂਕਿ ਨਾ ਇਸ ਗੱਲ ਤੋਂ ਨਾ ਬਹੁਤ ਜ਼ਿਆਦਾ ਪਰੇਸ਼ਾਨ ਹੈਗੇ, ਅਗਰ ਛੱਪਰ ਡੇਗ ਪੈਣਾ ਫਿਰ ਜਿਹੜਾ ਮੈਂ ਗਾਹ ਥੱਲੇ ਰੱਖ ਪਾਉਂਦੀ ਹਾਂ ਜਾਂ ਆਪ ਹੀ ਬੰਦਾ ਬਹਿ ਜਾਂਦਾ ਮੰਜੀ ਪਾ ਲੈਂਦਾ, ਫਿਰ ਉਸ ਗੱਲ ਦੀ ਨਾ ਟੈਨਸ਼ਨ ਬਣੀ ਹੋਈ ਹੈਗੀ, ਔਰ ਨਾ ਅੱਜ ਜਿਹੜੀ ਹੈਗੀ ਨਾ ਦੀਵਾਰ ਇਹਨਾਂ ਨੇ ਆਪਣੀ ਦੇਗ ਲੈਣੀ, ਅਸੀਂ ਨਾ ਆਪਣੇ ਆ ਜਿਹੜੇ ਮੋਨ ਹੈਗੇ ਨਾ ਇਹ ਥੱਲੇ ਉਸਾਰ ਲਏ ਸੀ ਦੋ ਮੋਨੇ, ਤੋ ਦੇਖਿਆ ਅਤੇ ਅਸੀਂ ਕਿਹਾ ਵੀ ਸਾਡਾ ਨਾ ਛੱਪਰ ਨਾ ਡੇਗ ਪਵੇ, ਅੱਲਾ ਸਾਨੂੰ ਹਿੰਮਤ ਗੁੰਜਾਇਸ਼ ਦੇਵੇ ਅਤੇ ਅਸੀਂ ਨਾ ਆਪਣਾ ਇਸ ਤਰ੍ਹਾਂ ਨਾ ਇੱਦੋ ਦੀਵਾਰ ਬਣਾ ਕੇ ਛੱਪਰ ਬਣਾ ਲਈਏ, ਔਰ ਸਾਡੀਆਂ ਸਰਦੀਆਂ ਵੀ ਅੱਛੀਆਂ ਗੁਜ਼ਰ ਜਾਣ, ਨੂੰ ਥੱਲੇ ਅਸੀਂ ਅੱਗ ਵੀ ਬਾਲ ਲਈਏ, ਇੱਕ ਸਾਈਡ ਸਾਡੀਆਂ ਬੱਕਰੀਆਂ ਜਿਹੜੀਆਂ ਹੈਗੀਆਂ ਨਾ ਉਹ ਵੀ ਬੰਨੀਆਂ ਜਾਣ, ਅਤੇ ਇਹ ਦੀਵਾਰ ਦੇ ਉੱਤੇ ਨਾ ਅਸੀਂ ਥੋੜ੍ਹੀ ਉੱਚੀ ਦੀਵਾਰ ਵੀ ਕਰ ਲਈਏ, ਕਿਉਂਕਿ ਦੀਵਾਰ ਜਿਹੜੀ ਹੈਗੀ ਨਾ ਇਹ ਵੀ ਬਹੁਤ ਹੀ ਨਾ ਨੀਵੀਂ ਹੋ ਗਈ, ਅਤੇ ਇਸ ਦੀਵਾਰ ਦੀ ਨਾ ਬਹੁਤ ਟੈਨਸ਼ਨ ਹੈਗੀ ਕਿਉਂਕਿ ਉੱਪਰਲੀ ਪਾਸੋਂ ਨਾ ਰਾਤ ਨੂੰ ਕੋਈ ਅੰਦਰ ਹੀ ਨਾ ਆ ਕੇ ਕਰੇ, ਚੋਰ ਵਗੈਰਾ ਨਾ ਬਹੁਤ ਆਉਂਦੇ ਨੇ, ਕਿਉਂਕਿ ਸਰਦੀਆਂ ਜਿਸ ਟਾਈਮ ਉਹ ਨਾ ਹੱਥ ਕੋਈ ਨਾ ਹੁੰਦਾ ਔਰ ਵੀੜ ਧੁੰਦ ਪੈਂਦੀ ਉਸ ਟਾਈਮ, ਔਰ ਅੱਲਾ ਪਾਕ ਜਿਹੜੀ ਪਾਣੀ ਦੀ ਹੈਗੀ ਨਾ ਉਹ ਵੀ ਸਾਨੂੰ ਬਹੁਤ ਜ਼ਿਆਦਾ ਮਜ਼ਬੂਰੀ ਔਰ ਮੁਸ਼ਕਲ ਬਣ ਗਈ, ਖੜ੍ਹੀ ਹੋ ਗਈ, ਔਰ ਮੋਟਰ ਜਿਹੜੀ ਹੈਗੀ ਨਾ ਉਹ ਸੜ ਗਈ ਸੀ, ਔਰ ਨਲਕਾ ਜਿਹੜਾ ਹੈਗਾ ਨਾ ਉਹ ਤਾਂ ਬਹੁਤ ਹੀ ਨਾ ਮਹਿੰਗਾ ਲੱਗਦਾ, 50,000 ਰੁਪਏ ਦਾ, ਅਤੇ ਪਾਣੀ ਅੱਲਾ ਪਾਕ ਗੁੰਜਾਇਸ਼ ਦੇਵੇ ਕੋਈ ਨਹੀਂ, ਅਤੇ ਸਲੇਟਾਂ ਲੈ ਲੈਂਦੀਆਂ ਨਾ ਮੋਟਰ ਜਿਹੜੀ ਹੈਗੀ ਉਹ ਵੀ ਬਿਜਲੀ ਵਾਲੀ ਉਸ 'ਤੇ ਚੱਲ ਜਾਂਦੀ, ਬਸ ਅੱਲਾ ਪਾਕ ਗੁੰਜਾਇਸ਼ ਸਿਮਤ ਦੇਵੇਗਾ ਪਰੇਸ਼ਾਨੀਆਂ, ਅੱਲਾ ਪਾਕ ਗਰੀਬਾਂ ਦੀਆਂ ਇਨਸ਼ਾਅੱਲਾ ਨੂਰ ਦੂਰੀਆਂ ਕਰਦਾ, ਕਿਉਂਕਿ ਉਹ ਗਰੀਬਾਂ ਨੂੰ ਇਮਤਿਹਾਨ ਵਿੱਚ ਪਾਉਂਦਾ ਔਰ ਸਬਰ ਵੀ ਦਿੰਦਾ ਹੈ ਉਹ ਹੀ, ਅਤੇ ਸ਼ੁਕਰ ਹੈ ਉਹਦੀ ਜ਼ਾਤ ਦਾ ਜੋ ਜਿਸ ਹਾਲਾਤ 'ਚ ਰੱਖੇ ਸ਼ੁਕਰ ਗੁਜ਼ਾਰ ਹੈ ਉਸ ਮਾਲਿਕ ਦੇ, ਜਿਹੜੀਆਂ ਹੈਗੀਆਂ ਨਾ ਉਹ ਬਣਾ ਲਈਆਂ ਨੇ, ਅਤੇ ਬੱਚਿਆਂ ਵਾਸਤੇ ਜਿਹੜੀਆਂ ਮਿਰਚਾਂ ਹੈਗੀਆਂ ਨੇ ਇਹ ਵੀ ਕਾਲੀਆਂ ਕਿਉਂਕਿ ਸਾਲਣ ਨਾ ਅਸੀਂ ਨਹੀਂ ਬਣਾਇਆ, ਅਤੇ ਮਿਰਚਾਂ ਜਿਹੜੀਆਂ ਹੈਗੀਆਂ ਨਾ ਇਹ ਮੈਂ ਕਿਹਾ ਬਣਾ ਲੈਂਦੇ ਹਾਂ, ਬੱਚੇ ਇਹਦੇ ਨਾਲ ਖਾ ਲੈਣਗੇ ਮਿਰਚਾਂ ਨਾਲ, ਜੇ ਉਹ ਚੀਨੀ ਨਾਲ ਖਾ ਲੈਣਗੇ ਤਾਂ ਅਸੀਂ ਮਿਰਚਾਂ ਰਿਆਸਤ ਨੂੰ ਦੇ ਦਿਆਂਗੇ, ਜੋ ਅਸੀਂ ਨਾ ਮਿਰਚਾਂ ਖਾ ਲਵਾਂਗੇ, ਕੱਲ੍ਹ ਅਸੀਂ ਚਟਨੀ ਬਣਾਈ ਸੀ, ਅੱਜ ਨਾ ਸਾਨੂੰ ਲੱਸੀ ਜਿਹੜੀ ਹੈਗੀ ਨਾ ਉਹ ਨਹੀਂ ਮਿਲੀ, ਲੱਸੀ ਪਾ ਕੇ ਬਣਾਉਣੀ, ਫਿਰ ਅਸੀਂ ਨਾ ਇਸ ਤਰ੍ਹਾਂ ਨਾਲ ਤਵੇ 'ਤੇ ਬਣਾ ਲਈਆਂ, ਅਤੇ ਰੋਟੀਆਂ ਮੈਂ ਨਾ ਮਾਸ਼ਾਅੱਲਾ ਬਣਾ ਲਈਆਂ, ਅਤੇ ਨਾ ਮੈਂ ਰਿਆਸਤ ਮੇਰੀ ਰੋਟੀ ਜਿਹੜੀ ਹੈ ਜੀ ਮੈਂ ਦੇਤੀ ਦੁਪਹਿਰ ਦੀ ਮਿਰਚਾਂ, ਔਰ ਰੋਟੀ ਪਾਣੀ ਜਿਹੜਾ ਹੈਗਾ ਨਾ ਉਹ ਵੀ ਮੈਂ ਦੇਤਾ, ਔਰ ਬੱਚਿਆਂ ਨੂੰ ਨਾ ਮੈਂ ਰੋਟੀ ਜਿਹੜੀ ਹੈਗੀ ਨਾ ਬੱਚੇ ਚੀਨੀ ਨਾਲ ਖਾਣ ਲੱਗੇ ਨੇ ਉਹਨਾਂ ਨੂੰ ਜਾ ਕੇ ਦੇਣੀ, ਹਾਂਜੀ, ਅਤੇ ਨਾ ਰੋਟੀਆਂ ਜਿਹੜੀਆਂ ਹੈਗੀਆਂ ਨਾ ਉਹ ਮੈਂ ਬਣਾ ਲਈਆਂ, ਰਿਆਸਤ ਮੇਰੀ ਰੋਟੀ ਜਿਹੜੀ ਹੈਗੀ ਉਹਨੂੰ ਦੇਤੀ ਮਿਰਚਾਂ ਨਾਲ ਸਨੈਣ, ਸਨੈਣ ਜਿਹੜੇ ਹੈਗੇ ਨਾ ਉਹ ਚੀਨੀ ਦੀ ਨਾ ਪਾ ਕੇ ਉਹਨੂੰ ਵਿਗਾੜ ਕੇ ਦਿੱਤੀ ਸੀ ਨਾ, ਉਸ ਨੂੰ ਰੋਟੀ ਖਾ ਰਹੇ ਨੇ, ਅਤੇ ਮੈਂ ਵੀ ਮਿਰਚਾਂ ਜਿਹੜੀਆਂ ਹੈਗੀਆਂ ਮੈਂ ਲੈ ਲਈਆਂ, ਅਤੇ ਨਾ ਜੀ ਬਿਸਮਿਲ੍ਲਾ ਮੇਰੇ ਬੈਨ ਦਾ ਜਿਸ ਰੋਟੀ ਖਾਣੀ ਹੋਵੇ ਜੀ ਬਿਸਮਿਲ੍ਲਾ ਖਾ ਸਕਦੀ ਹੈ, ਸਾਡੀ ਤਾਂ ਨਾ ਬਣੀ ਹੈ ਰੋਟੀ ਮਿਰਚਾਂ ਰੋਟੀ ਹੈਗੀ ਮਸਾਲਾ ਨਹੀਂ ਹੈਗਾ ਖਾ ਲਈ, ਜੀ ਬਿਸਮਿਲ੍ਲਾ ਜਿਸ ਬੈਨ ਦਾ ਕਿਤੇ ਨਾ ਮੈਂ ਰੋਟੀ ਵਗੈਰਾ ਜਿਹੜੀ ਹੈਗੀ ਨਾ ਬੱਚਿਆਂ ਨੂੰ ਖਵਾ ਦਿੱਤੀ, ਬਰਤਨ ਜਿਹੜੇ ਹੈਗੇ ਨੇ ਉਹ ਵੀ ਮੈਂ ਧੋ ਕੇ ਰੱਖ ਦਿੱਤੇ ਨੇ, ਔਰ ਮੈਂ ਨਾ ਬੱਕਰੀਆਂ ਜਿਹੜੀਆਂ ਹੈਗੀਆਂ ਨੇ ਇਹ ਹੁਣ ਬਾਹਰ ਬੰਨਣ ਲੱਗੀ ਹਾਂ, ਕਿਉਂਕਿ ਨਾ ਬੱਕਰੀਆਂ ਜਿਹੜੀਆਂ ਹੈਗੀਆਂ ਨਾ ਬਹੁਤ ਇੱਥੇ ਨਵਾਂ ਜ਼ਾਰ ਹੋ ਗਈਆਂ ਬਾਹਰ ਵੱਜਣ ਦੀ ਵਜ੍ਹਾ ਤੋਂ, ਨਾ ਉੱਥੇ ਬਾਹਰ ਬੰਨ ਕੇ ਨਾ ਅਤੇ ਇਹਨਾਂ ਨੂੰ ਜਿਹੜਾ ਗਾਹ ਹੈਗਾ ਨਾ ਉਹ ਵੀ ਪਾ ਦਿੰਦੀ ਹਾਂ, ਔਰ ਪਾਣੀ ਜਿਹੜਾ ਹੈਗਾ ਨਾ ਉਹ ਵੀ ਇਹਨਾਂ ਨੂੰ ਪਿਆ ਦਿੰਦੀ ਹਾਂ, ਉੱਥੇ ਜਿਹੜੇ ਬਾਹਰ ਇਹਨਾਂ ਦੇ ਕਿੱਲੇ ਹੈਗੇ ਨਾਲੇ ਇੱਥੇ ਹੁਣ ਹਬਸ ਬਣੀ ਖਲੀ, ਉੱਥੇ ਨਾ ਮਾਸ਼ਾਅੱਲਾ ਹਵਾ ਜਿਹੜੀ ਹੈਗੀ ਨਾ ਉਹ ਖੁੱਲੀ ਖਲੀ, ਅਤੇ ਬਾਹਰ ਇਹਨਾਂ ਨੂੰ ਲੈ ਜਾਂਦੀ, ਜਿੱਥੇ ਨਾ ਬੱਕਰੀਆਂ ਨਾ ਮੈਂ ਬਾਹਰ ਬੰਨਤਾ ਚਾਰਾ ਜਿਹੜਾ ਹੈਗਾ ਨਾ ਉਹ ਵੀ ਪਾ ਦਿੱਤਾ ਖਾ ਰਹੀਆਂ ਨੇ, ਔਰ ਜਿਹੜੀਆਂ ਨਾ ਹੈਗੀਆਂ ਨੇ ਉਹਨਾਂ ਨੇ ਪਾ ਦਿੱਤਾ,
ਛੋਟੀਆਂ ਨੇ ਵੀ ਅਤੇ ਨਾ ਇਹ ਜਿਹੜੇ ਕਬੂਤਰ ਹੈਗੇ ਨਾ ਇਹਨਾਂ ਨੂੰ ਪਾਣੀ ਪਾ ਦਿੱਤੇ ਅੱਗੇ ਨਾ ਰੋਟੀ ਇਹਨਾਂ ਨੂੰ ਬੋਰ ਕੇ ਪਾ ਦਿੱਤੀ ਦਾਣੇ ਤਾਂ ਹੈਗੇ ਕੋਈ ਨਹੀਂ ਆਉਣ ਅਤੇ ਨਾ ਮੋਟਰ ਜਿਹੜੀ ਹੈਗੀ ਨੇ ਇਹਦਾ ਪਾਈਪ ਹਲੇ ਬਾਹਰ ਹੀ ਪਿਆ ਉਸ ਤਰ੍ਹਾਂ ਤਾਰ ਵੀ ਪਈ ਅੱਲਾ ਗੁੰਜਾਇਸ਼ ਦਿੰਦਾ ਨਾ ਫਿਰ ਇਹ ਮੋਟਰ ਜਿਹੜੀ ਹੈਗੀ ਨਾ ਜੁੜਾ ਕੇ ਰੱਖ ਦਿਆਂਗੇ ਕਿਉਂਕਿ ਹਜੇ ਤੱਕ ਨਾ ਪਾਣੀ ਸਾਨੂੰ ਉਧਰੋਂ ਹੀ ਭਰਨਾ ਪੈਂਦਾ ਗਵਾਣੀ ਦੇ ਨਲਕੇ ਤੋਂ ਭਰ ਕੇ ਲਿਆਂਦਾ ਸੀ ਔਰ ਬੱਕਰੀਆਂ ਪਿਵਾ ਦਿੱਤੀਆਂ ਨੇ ਅਤੇ ਇਹਨਾਂ ਨੂੰ ਵੀ ਨਾ ਪਾ ਤਾ ਦੌਰੀ ਅੱਛੀ ਪਾਣੀ ਮੈਂ ਅਤੇ ਇਹਨਾਂ ਨੂੰ ਰੋਟੀ ਪਾਈ ਹੁਣ ਫਿਰ ਭੁੱਖੇ ਹੋਏ ਖਰੀ ਵੇਖਣੀ ਆ ਰੋਟੀ ਪਾਈ ਹੈ ਨਾ ਅਤੇ ਇਹਨਾਂ ਨੂੰ ਫਿਰ ਪਾਉਂਦੇ ਹਾਂ ਅਤੇ ਪਾਣੀ ਜਿਹੜਾ ਹੈਗਾ ਉਹਨੂੰ ਮਾਸ਼ਾ ਅੱਲਾ ਪੀਣ ਆ ਗਏ ਨੇ ਕਬੂਤਰ ਕਿਉਂਕਿ ਅੱਲਾ ਜਾਨਵਰ ਹੈਗੇ ਨੇ ਇਹਨਾਂ ਨੂੰ ਪਾ ਦਿੰਦੇ ਹਾਂ ਦਾਣਾ ਪਾਣੀ ਦੂਸਰੀਆਂ ਮੰਜੀਆਂ ਜਿਹੜੀਆਂ ਹੈਗੀਆਂ ਨੇ ਉਹ ਬਾਹਰ ਪਾਤੀਆਂ ਨੇ ਪਹਿਲੇ ਬੱਕਰੀਆਂ ਬੰਨੀਆਂ ਸੀ ਅਤੇ ਹੁਣ ਚਾਰ ਪਈਆਂ ਪਾਈਆਂ ਨੇ ਅਤੇ ਇਹ ਹੇਠ ਰਹਿ ਗਈ ਇਹ ਵੀ ਪਾਉਣ ਲੱਗੀਆਂ ਬਾਹਰ ਕਿਉਂਕਿ ਨਾ ਸ਼ਾਮ ਹੋ ਗਈ ਅਤੇ ਕਿਉਂਕਿ ਬਾਹਰ ਬਵਾਂਗੇ ਅੰਦਰ ਕਮਰੇ ਵਿੱਚ ਨਾ ਬਹੁਤ ਜ਼ਿਆਦਾ ਹਵਸ ਹੈਗੀ ਔਰ ਪੱਖਾ ਜਿਹੜਾ ਹੈਗਾ ਨਾ ਕਿਉਂਕਿ ਬਿਜਲੀ ਨਹੀਂ ਹੈਗੀ ਔਰ ਛੱਤ ਨਹੀਂ ਪੱਖਾ ਹੈਗਾ ਅਤੇ ਇਹ ਦੀ ਨਾ ਸਿਰਫ ਦੋ ਮੰਜੀਆਂ ਅਤੇ ਨਾ ਹਵਾ ਆਉਂਦੀ ਅੱਲਾਂ ਗੈਸ ਦਿੱਤੀ ਨਾ ਫਿਰ ਛੱਤ ਵਾਲਾ ਪੱਖਾ ਲਵਾਂਗੇ ਕਿਉਂਕਿ ਸਾਰੇ ਕਮਰੇ 'ਚ ਨਾ ਹਵਾ ਆਏਗੀ ਕਿਉਂਕਿ ਇਹ ਹੈਗਾ ਅਤੇ ਇਸ ਪੱਖੇ ਦੀ ਨਾ ਸਿਰਫ ਅੱਗੇ ਦੋ ਮੰਜੀਆਂ 'ਤੇ ਹਵਾ ਆਉਂਦੀ ਹੈ ਇਸ ਤਰ੍ਹਾਂ ਨਾਲ ਸਾਰੇ ਖਿਲਰ ਕੇ ਹਵਾ ਨਹੀਂ ਆ ਸਕਦੀ ਅਤੇ ਸ਼ੁਕਰ ਅੱਲਾ ਪਾਕ ਦਾ ਜਿਹੜਾ ਇਹ ਵੀ ਪੱਖਾ ਹੈਗਾ ਜਿਸ ਨੇ ਲੈ ਕੇ ਦਿੱਤਾ ਨਾ ਅੱਲਾ ਪਾਕ ਉਹਦੀ ਵੀ ਜ਼ਿੰਦਗੀ ਕਰੇ ਉਹਦੇ ਕਾਰੋਬਾਰ 'ਚ ਬਰਕਤ ਰਹਿਮਤਾਂ ਫਰਮਾਵੇ ਔਰ ਉਹਨੂੰ ਬਹੁਤ ਜ਼ਿਆਦੀਆਂ ਅੱਲਾ ਸੋਹਣਾ ਖੁਸ਼ੀਆਂ ਦੇਵੇ ਉਹਨੂੰ ਜੋ ਉਹਨੇ ਨੇਕੀਆਂ ਕੀਤੀਆਂ ਅੱਲਾ ਪਾਕ ਉਹਦੀਆਂ ਨੇਕੀਆਂ ਕਬੂਲ ਕਰੇ ਅਤੇ ਬਹੁਤ ਖੁਸ਼ ਉਹਨੇ ਸਾਡੇ ਵਾਸਤੇ ਕੀਤਾ ਸੀ ਉਹਨੇ ਪੱਖਾ ਵੀ ਲੈ ਕੇ ਦਿੱਤਾ ਸਾਨੂੰ ਕਮਰਾ ਵੀ ਬਣਵਾ ਕੇ ਦਿੱਤਾ ਸੀ ਅੱਲਾ ਪਾਕ ਨਹੀਂ ਤਾਂ ਨਾ ਮੈਂ ਮੰਜੀਆਂ ਜਿਹੜੀਆਂ ਹੈਗੀਆਂ ਉਹ ਬਾਹਰ ਕੱਢ ਲਈਆਂ ਨੇ ਅਤੇ ਨਾ ਬਰਤਨ ਜਿਹੜੇ ਹੈਗੇ ਮੈਂ ਥੋੜ੍ਹੇ ਜਿਹੇ ਧੋਣ ਵਾਲੇ ਇਹ ਵੀ ਧੋ ਕੇ ਲੈ ਆਉਂਦੀ ਹਾਂ ਜਿਹਤੇ ਨਾ ਜਿਹੜੇ ਬਰਤਨ ਹੈਗੇ ਨਾ ਉਹ ਮੈਂ ਧੋ ਕੇ ਆ ਗਈਆਂ ਲੈ ਕੇ ਅਤੇ ਟੋਕਰੀ ਵਿੱਚ ਰੱਖ ਦਿੱਤੇ ਨਾ ਮੈਂ ਜਿਹੜੇ ਬਰਤਨ ਹੈਗੇ ਨਾ ਉਹ ਧੋ ਕੇ ਰੱਖ ਤਿੰਨ ਚਾਰ ਪੰਜ ਮਸਾਲੀਆਂ ਪਾ ਲਈਆਂ ਨੇ ਅਤੇ ਨਾ ਹੁਣ ਜਿਹੜੀ ਐਲਰਜੀ ਦੀ ਗੋਲੀ ਹੈਗੀ ਨਾ ਇਹ ਮੈਂ ਲੈਣ ਲੱਗੀ ਹਾਂ ਕਿਉਂਕਿ ਨਾ ਬਹੁਤ ਜ਼ਿਆਦਾ ਖਾਰਿਸ਼ ਹੋ ਰਹੀ ਹੈ ਅਤੇ ਨਾ ਮੇਰੇ ਹੱਥਾਂ 'ਤੇ ਨਾ ਇਹ ਫਿਰ ਜਿਹੜੇ ਹੈਗੇ ਨਾ ਉਸੇ ਤਰ੍ਹਾਂ ਛੱਲ ਜਿਹੜੇ ਹੈਗੇ ਨਾ ਇਹ ਬਣ ਰਹੇ ਨੇ ਇਹ ਦਾਣੇ ਜਿਹੜੇ ਹੈਗੇ ਨਾ ਇਸ ਤਰ੍ਹਾਂ ਨਾ ਇਹ ਵਾਲੇ ਨਾ ਫਿਰ ਬਣ ਰਹੇ ਨੇ ਇਹ ਸ਼ੁਰੂ ਹੋ ਰਹੇ ਨੇ ਕਿਉਂਕਿ ਇਹਨਾਂ ਨਾਲ ਵਿੱਚੋਂ ਪਾਣੀ ਫਿਰ ਵਗਣ ਲੱਗ ਇਹ ਵੀ ਇੱਕ ਦਾਣਾ ਹੈਗਾ ਐਲਰਜੀ ਦੀਆਂ ਨਾ ਗੋਲੀਆਂ ਜਿਹੜੀਆਂ ਹੈਗੀਆਂ ਨੇ ਉਹ ਲੈ ਆਉਂਦੀ ਇਸ ਤਰ੍ਹਾਂ ਨਾ ਖਾਰਿਸ਼ ਜਿਹੜੀਆਂ ਨੇ ਜਿਸਮ ਦੀ ਉਹ ਫਿਰ ਨਾ ਬਹੁਤ ਹੀ ਘੱਟ ਹੋਣ ਲੱਗ ਜਾਂਦੀ ਅੱਲਾ ਪਾਕ ਸਭ 'ਤੇ ਰਹਿਮਤ ਕਰੇ ਕਿਸੇ ਭੈਣਾਂ ਦਾ ਗਵਾਹ ਕਰਨਾ ਕਿ ਮੇਰੇ 'ਤੇ ਅੱਲਾ ਪਾਕ ਰਹਿਮਤ ਕਰੇ ਸਾਡੀਆਂ ਸਾਰਿਆਂ 'ਤੇ ਕਿਉਂਕਿ ਨਾ ਪਰੇਸ਼ਾਨੀਆਂ ਨਾ ਬਹੁਤ ਜ਼ਿਆਦਾ ਉੱਚੇ ਟਾਈਮ ਆ ਜਾਂਦੀਆਂ ਨੇ ਔਰ ਅੱਲਾ ਪਾਕ ਨਾ ਰਹਿਮਤ ਕਰੇਗਾ ਸਭ ਮੇਰੇ ਭੈਣਾਂ ਪਈਆਂ ਜਿੱਥੇ ਤੁਸੀਂ ਵੀ ਦੁਆ ਕਰਨਾ ਅੱਲਾ ਪਾਕ ਸਾਡੇ 'ਤੇ ਵੀ ਰਹਿਮਤ ਕਰੇ ਉਮੀਦ ਕਰਨੀ ਅੱਜ ਦੇ ਵਲਾਗ ਮੇਰੇ ਭੈਣਾਂ ਵੀਰਾਂ ਸਾਡਾ ਜ਼ਰੂਰ ਪਸੰਦ ਦੱਸਣ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਸਾਡੀ ਵੀਡੀਓ ਐਂਡ 'ਤੇ ਵੇਖੀ ਕਰੋ ਅੱਜ ਦੇ ਵਲਾਗ ਵਿੱਚ ਆਵਾਂਗੇ ਇੱਥੇ ਜੇ ਸੁਬਹ ਮਿਲਾਂਗੇ ਅੱਛੇ ਵਲੋਗ ਨਾਲ ਅੱਲਾ ਹਾਫਿਜ਼।